Master! सिर्फ हंगामा खड़ा करना मेरा मकसद नहीं, मेरा मकसद है कि सूरत बदलनी चाहिए। तेरे सीने में हो या मेरे सीने में, कहीं भी हो, लेकिन ये आग जलनी चाहिए। सो गल ये है कि जिंदगी दे विच हालात बदलने और हालातों नू खुशगवार करना बहुत जरूरी है। चल रहा है खुशी दे ठहाकियां दे फहारियां दा ए लाफ्टर द मास्टर सीजन 3 एंड द नेक्स्ट कंटेस्टेंट इज कमल रंधे। सत श्री अकाल जी अमृतसर वालों, की हाल है? क्या बात है, क्या बात है, क्या बात है। ढिल्लो साहब सत श्री अकाल। सत श्री अकाल जी। मैं क्या यूं ही चले जा रहे थे, दिल बेकरार था, आज तो वही मिल गए जिनका इंतजार था। हौली ताड़ियां मारो, घुगी डा ना दियो किते। उपासना जी, वाह वाह, सस्कल उपासना जी। सत श्री अकाल जी। खालसा कालजड़े कितने बैठे मुंडे, क्या बात है, क्या बात है। बड़े बड़े अणखी मुंडे ने, बड़े अणखी मुंडे ने। बाहर एक मुंडा कुड़ी ने पता की कह दिया, कहता नैणा वालिए नैणा नू रोक रख लै, ते लगे नैन नी फिर तेरे को मोड़े जाने। मैं मिर्जा अज दा हाँ डब च रखा पिस्टल, ते मेरे तीर नी तेरे को तोड़े जाने। ਜਦੋਂ ਦਾ ਸੈਮੀਫਾਈਨਲ ਰਾਊਂਡ ਖਤਮ ਹੋਇਆ ਘੁੱਗੀ ਭਾਅ ਜੀ, ਉਦੋਂ ਦੀ ਵੋਟਿੰਗ ਸ਼ੁਰੂ ਹੋਈ ਆ। ਮੇਰਾ ਕੋਡ LDM04 ਆ, ਕਿਤਰਾ ਸਾਰੇ ਚੁੱਕਣ ਡੇ, ਸ਼ਾਬਾਸ਼, ਵੈਰੀ ਗੁੱਡ। ਜਾਂ ਭਾਅ ਜੀ, ਉਦੋਂ ਦੀ ਵੋਟਿੰਗ ਸ਼ੁਰੂ ਹੋਈ ਹੈ ਨਾ, ਸਾਰੇ ਦਿਮਾਗ ਹੀ ਖਰਾਬ ਹੋ ਗਿਆ ਸਾਰਿਆਂ ਦਾ। ਸਾਡਾ ਕੰਟੈਸਟੈਂਟ ਸਾਹਿਬ ਸਿੰਘ ਇੱਧਰ ਬਾਹਰ ਸਟੇਸ਼ਨ ਲਾ ਕੇ ਗਿਆ, ਭਖਾਰੀ ਕਹਿੰਦਾ ਅੱਲਾ ਕੇ ਨਾਮ 'ਤੇ ਕੁਝ ਦੇ ਦੇ, ਉਹਨੂੰ ਆਪਣਾ ਵੋਟਿੰਗ ਕੋਡ ਦੇ ਆਇਆ। ਭਾਅ ਜੀ ਡਾਕਟਰ ਕੋਲ ਦਵਾਈ ਲੈਣ ਗਿਆ ਵਾ, ਡਾਕਟਰ ਹੁਣ ਨਾਮ ਲਿਖਦਾ ਵਾ, ਕਹਿੰਦਾ ਤੁਹਾਡਾ ਨਾਮ, ਕਹਿੰਦਾ LDM01। ਭਾਅ ਜੀ ਸਾਡਾ ਇੱਕ ਤਾਇਆ ਹੈਗਾ, ਤਾਇਆ ਕਚੀਚੀ, ਜਾਣ ਦਿਓ ਸਾਰੇ ਤੇ ਤਾੜੀ ਮਾਰ ਦਿਓ। ਸਾਡਾ ਤਾਇਆ, ਤਾਇਆ ਕਚੀਚੀ, ਮੈਂ ਪੁੱਠੀ ਗੱਲ ਕਰਦਾ, ਮੈਂ ਦਿੱਲੀ ਉਹ ਤਾਏ ਨੂੰ ਫੋਨ ਕੀਤਾ, ਮੈਂ ਕਿਹਾ ਤਾਇਆ ਮੈਂ ਫਨਾਲੇ 'ਚ ਪਹੁੰਚ ਗਿਆ, ਹੁਣ ਮੈਨੂੰ ਵੋਟ ਪਾਉਣੀ ਆ। ਕਹਿੰਦਾ ਪੁੱਤ ਵੋਟ 'ਤੇ ਪਾ ਜਾਂਗੇ, ਆਪਣਾ ਚੋਣ ਨਿਸ਼ਾਨ 'ਤੇ ਦੱਸ। ਉਹ ਮੈਂ ਕਿਹਾ ਚੋਣ ਨਿਸ਼ਾਨ ਨਹੀਂ ਦੱਸਣਾ, ਇਹ ਕੋਡ ਹੁੰਦੇ ਕੋਡ। ਕਹਿੰਦਾ ਅੱਛਾ ਕੋਡ ਹੁੰਦੇ ਨੇ। ਕਹਿੰਦਾ ਪੁੱਤ ਮੈਂ ਤਾਂ ਵੋਟ ਪਾ ਦਊਂਗਾ, ਪਰ ਪਿੰਡ ਵਾਲਿਆਂ ਨੇ ਨਹੀਂ ਉਹ ਪਾਉਣੀ। ਮੈਂ ਕਿਹਾ ਕਿਉਂ? ਕਹਿੰਦਾ ਤੈਨੂੰ ਪਤਾ ਹੀ ਆ, ਬੋਤਲ ਲੈ ਤੋਂ ਬਿਨਾਂ ਕੋਈ ਵੋਟ ਪਾਉਂਦਾ ਹੀ ਨਹੀਂਗਾ। ਉਹ ਮੈਂ ਕਿਹਾ ਇਹ ਉਹ ਵੋਟਾਂ ਨਹੀਂ ਗੀਆਂ, ਇਹ ਲਾਫਟਰ ਦਾ ਮਾਸਟਰ ਵਾਲੀਆਂ ਵੋਟਾਂ ਨੇ। ਕਹਿੰਦਾ ਅੱਛਾ, ਪਹਿਲਾਂ ਮਾਸਟਰ ਨੋਟਾਂ ਨਾਲ ਬਣਦੇ ਸੀ, ਅੱਜ ਕੱਲ੍ਹ ਵੋਟਾਂ ਨਾਲ ਬਣਦੇ ਆ। ਭਾਅ ਜੀ ਹਮੇਸ਼ਾ ਪੁੱਠੀ ਗੱਲ ਕਰਦਾ, ਇੱਕ ਦਿਨ ਕਿਸੇ ਦੀ ਮਰਗ ਹੋ ਗਈ, ਹੁਣ ਸ਼ਮਸ਼ਾਨ ਘਾਟ ਪਹੁੰਚ ਗਿਆ। ਭਾਅ ਜੀ ਸ਼ਮਸ਼ਾਨ ਘਾਟ ਪਹੁੰਚ ਗਿਆ, ਤੁਹਾਨੂੰ ਪਤਾ ਹਲੇ ਡੈੱਡ ਬੋਡੀ ਲੈ ਕੇ ਨਹੀਂ ਆਏ। ਹੁਣ ਜਿਹੜਾ ਮਰਿਆ ਹੁੰਦਾ ਉਹਦੀ ਤਰੀਫ ਬੜੀ ਕਰਦੇ ਲੋਕ, ਹਨਾ। ਮੈਨੂੰ ਤਾਂ ਇਸ ਦੁਨੀਆਂ ਦੇ ਵੱਲ ਸਮਝਣਾ ਆਉਂਦੇ ਨੇ, ਮਰਨ ਪਿੱਛੋਂ ਕੋ ਮੜੀਆਂ ਉੱਤੇ ਦੀਪ ਜਗਾਉਂਦੇ ਨੇ, ਜਿਉਂਦੇ ਜਿਹਨੂੰ ਕੋਈ ਨਹੀਂ ਪੁੱਛਦਾ, ਮਰਿਆਂ ਦੀ ਇੱਜ਼ਤ ਕਰਦੇ ਆ। ਹੁਣ ਉਹਦੀ ਤਰੀਫ ਕਿੱਦਾਂ ਕਰਨ ਡਏ ਆ? ਕਹਿੰਦਾ ਲਓ ਵੀ ਜਿੱਦਾਂ ਮਰਜ਼ੀ ਸੀ, ਭਾਵੇਂ ਗਾਲ ਤੋਂ ਬਿਨਾਂ ਨਹੀਂ ਬੋਲਦਾ, ਪਰ ਮੂੰਹ ਦਾ ਬੜਾ ਮਿੱਠਾ ਸੀ। ਦੂਜਾ ਹੋਰ ਉੱਤੋਂ ਦੀ ਕਹਿਣ ਡਿਆ, ਕਹਿੰਦਾ ਜਿੱਦਾਂ ਮਰਜ਼ੀ ਆ, ਪੈਸੇ ਤਾਂ ਭਾਵੇਂ ਬੜਿਆਂ ਦੇ ਮਾਰੇ ਸੀ, ਪਰ ਕਦੀ ਕਿਸੇ ਨਾਲ ਧੋਖਾ ਨਹੀਂ ਕੀਤਾ ਉਹਨ। ਭਾਅ ਜੀ ਉਹਨੇ ਜੇ ਤੂੰ ਡੈੱਡ ਬੋਡੀ ਲੈ ਕੇ ਆ ਗਏ ਆ, ਕੁਕੀ ਭਾਅ ਜੀ ਉਹਨੇ ਜੇ ਤੂੰ ਡੈੱਡ ਬੋਡੀ ਲੈ ਕੇ ਆ ਕੇ, ਤਾਇਆ ਕਹਿਣ ਡਿਆ। ਕਹਿੰਦਾ ਬੱਲੇ ਬੱਲੇ ਬੱਲੇ, ਵੀ ਬੜੀ ਲੰਬੀ ਉਮਰ ਆ, ਹਲੇ ਹੁਣੇ ਯਾਦ ਕਰਨ ਡੇ, ਤੇ ਵੇਖੋ ਲੈ ਕੇ ਵੀ ਆ ਗਏ ਨੇ। ਸਾਡਾ ਕੰਟੈਸਟੈਂਟ ਰਾਜੀਵ ਗੋਲਡੀ ਬੜਾ ਵਧੀਆ ਪਰਫੋਰਮ ਕਰਕੇ ਗਿਆ, ਤਾੜੀ ਮਾਰ ਦਿਓ ਉਹਦੇ ਹੱਥ 'ਤੇ। ਹੁਣ ਮੈਂ ਉਹਦੀਆਂ ਕਰਤੂਤਾਂ ਦੱਸੂੰਗਾ, ਉਹਦੇ ਵੀ ਤਾੜੀ ਮਾਰਿਓ। ਆਪਣੀ ਉਹਦੀ ਘਰ ਵਾਲੀ ਕਹਿੰਦੀ, ਮੈਂ ਤੁਹਾਨੂੰ ਕਿੱਦਾਂ ਦੀ ਲੱਗਦੀ ਹਾਂ? ਕਹਿੰਦਾ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਹਾਂ। ਕਹਿੰਦਾ ਕਿੰਨੀ ਕੁ ਚੰਗੀ? ਕਹਿੰਦਾ ਇੰਨੀ ਚੰਗੀ, ਇੰਨੀ ਚੰਗੀ ਕਿ ਮੇਰਾ ਜੀ ਕਰਦਾ ਤੇਰੇ ਵਰਗੀ ਇੱਕ ਹੋਰ ਲੈ ਆਵਾਂ। ਵਿਆਹ ਨੂੰ 5-7 ਸਾਲ ਹੋਏ ਆ, ਵਿਆਹ ਨੂੰ ਭਾਅ ਜੀ 5-7 ਸਾਲ ਹੋ ਗਏ, ਅਤੇ ਉਹਦੀ ਘਰ ਵਾਲੀ ਲੜ ਪਈ। ਲੜ ਕੇ ਪਤਾ ਕੀ ਕਹਿੰਦੀ? ਕਹਿੰਦੀ ਜੇ ਮੈਂ ਚਲ ਗਈ ਨਾ, ਤਾਂ ਮੇਰੇ ਵਰਗੀ ਹੋਰ ਨਹੀਂ ਲੱਭਣੀ। ਉਹਨੂੰ ਕਹਿੰਦਾ, ਕਹਿੰਦਾ ਮੇਰਾ ਦਿਮਾਗ ਹੀ ਖਰਾਬ ਹੋਊ ਜੇ ਦੂਜੀ ਵੀ ਤੇਰੇ ਵਰਗੀ ਲੱਭੂ। ਮੇਰਾ ਯਾਰ ਦੋਸਤ ਸਾਹਿਬ ਸਿੰਘ ਗੁਰਦਾਸਪੁਰ ਗਿਆ, PhD ਪੜ੍ਹਿਆ ਲਿਖਿਆ ਅਨਪੜ੍ਹ। ਮੈਂ ਉਹਨੂੰ ਪੁੱਛਿਆ,
ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਐਵੇਂ ਗੱਲਾਂ ਹੀ ਬਣੀਆਂ ਵੀ ਬੁਲਟ ਦੇ ਉੱਤੇ ਕੁੜੀ ਵੀ ਮਰਦੀ। ਮੈਂ ਕਿਹਾ ਮੈਂ ਬੁਲਟ ਲੈ, ਮੇਰੇ ਬੁਲਟ 'ਤੇ ਕੋਈ ਕੁੜੀ ਨਹੀਂ ਮਰਦੀ। ਕਹਿੰਦਾ ਜੇ ਬੁਲਟ ਦੇ ਉੱਤੇ ਨਹੀਂ ਮਰਦੀ ਤਾਂ ਬੁਲਟ ਦੇ ਥੱਲੇ ਦੇ ਕੇ ਮਾਰ ਦਿਓ। ਐਡਾ ਬਦਮਾਗ ਬੰਦਾ ਭਾਅ ਜੀ, ਐਡਾ ਬਦਮਾਗ ਬੰਦਾ ਵਾ, ਤੁਹਾਨੂੰ ਉਹਦੀ ਕੀ ਦੱਸਾਂ ਗੱਲ। ਮੈਂ ਬੜਾ ਬਦਮਾਗ ਬੰਦਾ, ਮੈਨੂੰ ਕਹਿੰਦਾ ਮੇਰੇ 'ਤੇ ਬੜੀਆਂ ਕੁੜੀਆਂ ਮਰਦੀਆਂ, ਅਤੇ ਮੈਂ ਕਿਹਾ ਜਿਹੜੀਆਂ ਨਹੀਂ ਮਰਦੀਆਂ। ਕਹਿੰਦਾ ਘਰ ਜਾ ਕੇ ਮਾਰ ਕੇ ਆਈਦੀਆਂ ਨੇ ਭਾਅ ਜੀ। ਇਹ ਤਾਂ ਗੱਲ ਆ ਸਾਹਬੇ ਦੀ, ਇਹ ਗੱਲ ਸਾਹਿਬ ਸਿੰਘ ਦੀ। ਹੁਣ ਇੱਕ ਪ੍ਰੋਬਲਮ ਦੀ ਐਂਡ 'ਤੇ ਮੈਂ ਗੱਲ ਕਰੂੰਗਾ। ਕਿਹੜੀ ਪ੍ਰੋਬਲਮ? ਜਿੱਥੋਂ ਸਾਰੇ ਪੰਜਾਬੀ ਬੜੇ ਦੁਖੀ ਨੇ ਇੱਕ ਚੀਜ਼ ਤੋਂ, ਭਲਾ ਕਿਹੜੀ ਚੀਜ਼? ਅੰਗਰੇਜ਼ੀ। ਇੰਗਲਿਸ਼ ਗ੍ਰੈਮਰ ਦਾ ਪੀਰੀਅਡ ਲੱਗਾ, ਹੁਣ ਇੰਗਲਿਸ਼ ਗ੍ਰੈਮਰ ਦਾ ਪੀਰੀਅਡ ਲੱਗਾ। ਮੈਡਮ ਬੱਚਿਆਂ ਨੂੰ ਆਰਟੀਕਲਸ ਪੜ੍ਹਾਉਣ ਡੇ, ਆਰਟੀਕਲਸ ਪੜ੍ਹਾਉਣ ਡੇ, ਏ ਐਨ ਦਾ, ਵੀ ਇਹ ਕਦੋਂ ਲੱਗਦਾ, ਐਨ ਦਾ ਵਗੈਰਾ ਦੇ ਕੀ ਯੂਜਿਸ ਨੇ। ਫਿਰ ਇੱਕ ਮੁੰਡੇ ਨੂੰ ਖੜ੍ਹਾ ਕਰਕੇ ਪੁੱਛ ਲਿਆ, ਕਹਿੰਦੀ ਬੇਟਾ ਤੁਸੀਂ ਇਹ ਦੱਸੋ ਦਾ ਕਦੋਂ ਲੱਗਦਾ? ਕਹਿੰਦਾ ਦਾ ਤਾਂ ਉਦੋਂ ਹੀ ਲੱਗਦਾ ਜਦੋਂ ਘਰ ਦੇ ਘਰ ਨਾ ਹੋਣ। ਕਹਿੰਦੇ ਮਰੇ ਮੁਕਰੇ ਦਾ ਕੋਈ ਗਵਾਹ ਨਹੀਂ ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆ ਦਾ। ਸਾਡੇ ਪੀਰਾਂ ਫਕੀਰਾਂ ਨੇ ਗੱਲ ਦੱਸੀ, ਹਾਸਾ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ। ਥੈਂਕ ਯੂ ਵੈਰੀ ਮਚ, ਲਵ ਯੂ ਆਲ। ਡਾਕਟਰ ਦ ਮਾਸਟਰ।